ਇਹ ਜਿਹੜਾ ਕਈ ਬੰਦੇ ਹੁੰਦੇ ਆ ਅੱਜ ਜਿਵੇਂ ਕਹਿੰਦੇ ਉਹਨਾਂ ਵੀ ਸਿਰ 'ਚ ਸਵਾਹ ਪਾਉਣੀਓ ਹੁੰਦੀ ਆ ਉਹ ਕੰਮ ਲੋਕਾਂ ਨੇ ਕਈਆਂ ਨੇ ਕਰਨਾ ਹੁੰਦਾ ਜੇ ਕੋਈ ਹੋਮ ਮਿਨਿਸਟਰੀ ਤੇ ਇਤਰਾਜ ਕਰ ਰਿਹਾ ਵੀ ਸੁੱਖੀ ਰੰਧਾਵਾ ਨੂੰ ਕਿਉਂ ਮਿਲੀ ਆ ਜਾਂ ਐਡਵੋਕੇਟ ਜਨਰਲ ਕਿਉਂ ਕੋਈ ਬਣਿਆ ਇਹ ਕੰਮ ਪਾਰਟੀ ਦਾ ਹੀ ਦੇਖਣਾ ਕਿਸੇ ਨੇ ਇਹ ਕਿਹਾ ਵੀ ਤੁਸੀਂ ਪ੍ਰਧਾਨ ਕਿਉਂ ਬਣੇ ਕਿਸੇ ਨੇ ਕਿਹਾ ਵੀ ਕੋਈ ਅਹੁਦਾ ਕਿਹਨੂੰ ਮਿਲਣਾ ਚਾਹੀਦਾ ਕਿਹਨੂੰ ਨਹੀਂ ਨਾ ਖੇਡਾਂ 'ਚ ਰਹੇ ਨਾ ਸਿਆਸਤ 'ਚ ਰਹੇ ਉਹ ਪਾਰਟੀ ਦੂਜੀ ਪਾਰਟੀ ਤੀਜੀ ਪਾਰਟੀ ਚੌਥੀ ਪਾਰਟੀ ਬਿੱਟੂ ਸਾਹਿਬ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਭਾਵੇਂ ਕਾਂਗਰਸ ਦੇ ਵਿੱਚ ਹਿੱਸਾ ਬਣ ਗਿਆ ਭਾਵੇਂ ਕਾਂਗਰਸ ਦੇ ਵਿੱਚ ਆਣ ਕੇ ਪ੍ਰਧਾਨ ਵੀ ਬਣ ਗਿਆ ਪਰ ਤਾਰਾਂ ਹੱਲੇ ਵੀ ਬੀਜੇਪੀ ਘੁਮਾ ਰਹੀ ਆਰ ਐਸ ਐਸ ਘੁਮਾ ਰਹੀ ਹੈ ਕਹਿਣ ਦੀ ਕੋਸ਼ਿਸ਼ ਪਹਿਲੀ ਗੱਲ ਇਹ ਦੂਜੀ ਸ਼ਹਿਨ ਸ਼ਕਤੀ ਪਰ ਜਦੋਂ ਵੀ ਕੋਈ ਚੰਗੀ ਗੱਲ ਹੋਣ ਲੱਗਦੀ ਆ ਤੁਸੀਂ ਜਿੱਦਣ ਸੀ ਐਮ ਬਣੇ ਚੰਨੀ ਸਾਹਿਬ ਤੋਂ ਇੱਕ ਆਰਡਰ ਕਰਵਾ ਤੇ ਦਿਨੇਸ਼ ਬਸੀ ਵਾਲੇ ਅੰਮ੍ਰਿਤਸਰ 'ਚ ਇੱਕ ਛੋਟਾ ਸਿਪਾਹੀ ਤੁਸੀਂ ਜਰਨੈਲ ਨੂੰ ਕਿਸੇ ਨੂੰ ਸਿਪਾਹੀ ਤੋਂ ਜਰਨੈਲ ਤਾਂ ਕੀ ਬਣਾਉਣਾ ਤੁਸੀਂ ਇਹ ਕਾਂਗਰਸ ਸਿਪਾਹੀ ਆ ਜਿਹੜਾ ਛੋਟਾ ਉਹਦੇ ਆਰਡਰ ਕਰਾ ਤੇ ਲਾਉਣ ਦੇ ਆਹ ਸੁੱਖੀ ਰੰਧਾਵਾ ਬਣੇ ਇਹਨਾਂ ਨੂੰ ਦਿੰਦੇ ਥਾਪੀ ਆ ਕੇ ਬਿਠਾਉਂਦੇ ਕੁਰਸੀ ਤੇ ਜਿੱਦਣੇ ਬੈਠੇ ਵੀ ਚੱਕ ਬਈ ਹੁਣ ਆ ਜਾ ਕਰ ਬਰਗਾੜੀ ਦੇ ਫੈਸਲੇ ਕਰ ਨਸ਼ੇ ਦੇ ਫੈਸਲੇ ਪਰ ਉਹ ਤਾਂ ਪਿੱਛੋਂ ਜਿਹੜੀ ਪੌੜੀ ਖਿੱਚਣ ਲੱਗ ਗਏ ਇਸ ਕਰਕੇ ਜਿੱਥੇ ਹਜ਼ਾਰ ਫੁੱਲ ਆ ਨਾ ਅੱਜ ਖਿੜਿਆ ਮਹਿਕਾਂ ਦੇ ਰਿਹਾ ਜੇ ਇੱਕ ਫੁੱਲ ਖੁਸ਼ਬੂ ਦੇਣੋਂ ਹਟ ਜੂਗਾ ਤਾਂ ਬਾਕੀ ਜਿਹੜੇ ਹਜ਼ਾਰਾਂ ਫੁੱਲਾਂ ਦੀ ਖੁਸ਼ਬੂ ਆ ਉਹ ਹਟਣੀ ਨਹੀਂ ਉਹ ਘਟਣੀ ਨਹੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਫੇਰਬਦਲ ਹੋਇਆ ਵੱਡੀਆਂ ਵਜ਼ਾਰਤਾਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਪਰ ਨਾਲ ਦੀ ਨਾਲ ਨਵਜੋਤ ਸਿੰਘ ਸਿੱਧੂ ਅਸਤੀਫਾ ਦੇ ਗਏ ਰਵਨੀਤ ਬਿੱਟੂ ਸਾਹਿਬ ਨਾਲ ਨੇ ਬਿੱਟੂ ਸਾਹਿਬ ਨਵਜੋਤ ਸਿੰਘ ਸਿੱਧੂ ਅਸਤੀਫਾ ਦੇ ਗਏ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਸਿੱਧੇ ਤੌਰ 'ਤੇ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਇਹ ਬੰਦਾ ਸਟੇਬਲ ਨਹੀਂ ਹੈਗਾ ਦੇਖੋ ਅੱਜ ਸਾਰੇ ਕਿਸੇ ਫਲੋਰ 'ਤੇ ਚਲੇ ਜਾਓ ਆਪਾਂ ਤਿੰਨ 'ਤੇ ਖੜੇ ਹਾਂ ਅੱਜ ਕੁਇੰਟਲਾਂ ਦੇ ਕੁਇੰਟਲ ਫੁੱਲ ਕਿਲੋਆਂ ਦੇ ਵਿੱਚ ਹਰ ਜਗ੍ਹਾ ਡੱਬੇ ਲੱਡੂਆਂ ਦੇ ਮਠਿਆਈ ਦੇ ਕਾਂਗਰਸ ਹੀ ਤੁਸੀਂ ਪੰਜਾਬ ਭਵਨ ਚਲੇ ਜਾਓ ਐੱਮ ਐੱਲ ਏ ਹੋਸਟਲ ਚਲੇ ਜਾਓ ਐੱਮ ਐੱਲ ਏ ਆਪਣੇ ਫਲੈਟਾਂ 'ਚ ਆ ਜਾਓ ਸੀ ਐੱਮ ਹਾਊਸ ਮੰਤਰੀਆਂ ਦੇ ਐਂ ਦੁਬਾਰਾ ਚਾਹ ਖਿੜੇ ਪਏ ਆ ਐਂ ਕੁੜਤੇ ਪਜਾਮੇ ਦੁਬਾਰਾ ਚਿੱਟੇ ਚਮਕਦੇ ਆ ਵੀ ਦੁਬਾਰਾ ਜੋਸ਼ ਕਾਂਗਰਸ ਪਾਰਟੀ ਦੇ ਵਰਕਰਾਂ 'ਚ ਆ ਦੇਖ ਲਓ ਆ ਲੰਬੀ ਦੇ ਫਿਰਦੇ ਆ ਕਿਹੜੇ ਕੋਨੇ 'ਤੇ ਜਿੱਥੋਂ ਸਾਡਾ ਵਰਕਰ ਨਹੀਂ ਫਿਰ ਰਿਹਾ ਅਤੇ ਲੀਡ ਇਹ ਜਿਹੜਾ ਕਈ ਬੰਦੇ ਹੁੰਦੇ ਆ ਅੱਜ ਜਿਵੇਂ ਕਹਿੰਦੇ ਉਹਨਾਂ ਵੀ ਸਿਰ 'ਚ ਸਵਾਹ ਪਾਉਣੀਓ ਹੁੰਦੀ ਆ ਉਹ ਕੰਮ ਲੋਕਾਂ ਨੇ ਕਈਆਂ ਨੇ ਕਰਨਾ ਹੁੰਦਾ ਅਤੇ ਜਾਂ ਤਾਂ ਉਹ ਕਾਂਗਰਸ ਦੀ ਵਿਚਾਰਧਾਰਾ ਨੂੰ ਨਹੀਂ ਜਾਣਦੇ ਕਾਂਗਰਸ ਨੂੰ ਨਹੀਂ ਜਾਣਦੇ ਮੈਂ ਤਾਂ ਤੁਸੀਂ ਗੱਲ ਕੀਤੀ ਹੈ ਕੈਪਟਨ ਸਾਹਿਬ ਦੀ ਮੈਂ ਤਾਂ ਉਦੋਂ ਵੀ ਇਹ ਗੱਲ ਕਹਿੰਦਾ ਹੀ ਰਿਹਾ ਤੁਹਾਡੇ ਮਾਧਿਅਮ ਨਾਲ ਵੀ ਇਹ ਕਹਿੰਦਾ ਰਿਹਾ ਪਰ ਗੱਲ ਇੰਨੀ ਆ ਵੀ ਅੱਜ ਜੇ ਕੋਈ ਹੋਮ ਮਿਨਿਸਟਰੀ 'ਤੇ ਇਤਰਾਜ ਕਰ ਰਿਹਾ ਵੀ ਸੁੱਖੀ ਰੰਧਾਵਾ ਨੂੰ ਕਿਉਂ ਮਿਲੀ ਆ ਜਾਂ ਐਡਵੋਕੇਟ ਜਨਰਲ ਕਿਉਂ ਕੋਈ ਬਣਿਆ ਇਹ ਕੰਮ ਪਾਰਟੀ ਦਾ ਹੀ ਦੇਖਣਾ ਕਿਸੇ ਨੇ ਇਹ ਕਿਹਾ ਵੀ ਤੁਸੀਂ ਪ੍ਰਧਾਨ ਕਿਉਂ ਬਣੇ ਕਿਸੇ ਨੇ ਕਿਹਾ ਵੀ ਕੋਈ ਅਹੁਦਾ ਕਿਹਨੂੰ ਮਿਲਣਾ ਚਾਹੀਦਾ ਕਿਹਨੂੰ ਨਹੀਂ ਤੁਸੀਂ ਸੁਪਰੀਮ ਜਗ੍ਹਾ 'ਤੇ ਬੈਠੇ ਹੋ ਅਤੇ ਸਭ ਤੋਂ ਵੱਧ ਜੇ ਸੁੱਖੀ ਰੰਧਾਵਾ ਲੜਦਾ ਰਿਹਾ ਕੋਈ ਜੇ ਲੜਿਆ ਏ ਚਾਹੇ ਉਹ ਵਿਧਾਨ ਸਭਾ 'ਚ ਹੋਵੇ ਚਾਹੇ ਬਾਹਰ ਹੋਵੇ ਦੂਜੀ ਗੱਲ ਅੱਧਾ ਮਹਿਕਮਾ ਜੇਲ੍ਹਾਂ ਦਾ ਪਹਿਲਾਂ ਉਹਨਾਂ ਕੋਲ ਅੱਧਾ ਹੋਰ ਮਿਲ ਗਿਆ ਹੋਮ 'ਤੇ ਕੀ ਗੱਲ ਹੋ ਗਈ ਅਤੇ ਜੇ ਇਹਦਾ ਮਤਲਬ ਇਹ ਹੋ ਗਿਆ ਤੁਸੀਂ ਜਿਹੜਾ ਬੇਅਦਬੀ ਦਾ ਸਭ ਤੋਂ ਵੱਡਾ ਜਿਹੜਾ ਮਸਲਾ ਏ ਉਹਦੇ 'ਚ ਸਭ ਤੋਂ ਵੱਧ ਬਰਗਾੜੀ ਜਾ ਕੇ ਜਦੋਂ ਬਰਗਾੜੀ ਮੋਰਚਾ ਲੱਗਿਆ ਸੀ ਇਹੀ ਜਾ ਕੇ ਉੱਥੇ ਕਹਿ ਕੇ ਆਏ ਉਹਨਾਂ ਮੋਰਚਾ ਚੁਕਾ ਕੇ ਆਏ ਸਰ ਪਰ ਇਹ ਉਹ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਮੈਂ ਪੰਜਾਬ ਦੇ ਭਵਿੱਖ ਦੇ ਨਾਲ ਸਮਝੌਤਾ ਨਹੀਂ ਕਰ ਸਕਦਾ ਕਿਹੜੇ ਸਮਝੌਤੇ ਦੀ ਗੱਲ ਹੋ ਰਹੀ ਹੈ ਫਿਰ ਏਜੀ ਵਾਲੀ ਗੱਲ ਕਿ ਸੁਮੇਸ਼ ਸੈਣੀ ਦਾ ਕੇਸ ਲੜਦੇ ਰਹੇ ਮੈਨੂੰ ਤਾਂ ਯਾਰ ਕਿਤੇ ਨਾ ਕਿਤੇ ਦੇਖੋ ਮੈਂ ਗੱਲ ਕਈ ਵਾਰ ਕਈ ਮੈਨੂੰ ਕਹਿੰਦੇ ਵੀ ਇੱਕ ਤੁਸੀਂ ਕਰਦੇ ਹੋ ਕਰਨੀ ਵੀ ਚਾਹੀਦੀ ਆ ਮੈਨੂੰ ਤਾਂ ਲੱਗਦਾ ਐਨ ਮੌਕੇ 'ਤੇ ਜਦ ਹੁਣ ਐਨ ਦਿਖਿਆ ਵੀ ਸਾਰਾ ਕੁਛ ਕਾਂਗਰਸ ਪਾਰਟੀ ਬਿਲਕੁਲ ਠੀਕ ਠਾਕ ਆਪਣਾ ਜਹਾਜ਼ ਉਹਦਾ ਚੜ੍ਹ ਰਿਹਾ ਹੈ ਉਚਾਈਆਂ 'ਤੇ ਇਹ ਕਿਤੋਂ ਆਰ ਐੱਸ ਐੱਸ ਦੀ ਚਾਬੀ ਘੁੰਮਦੀ ਆ ਜਿਹੜੀ ਹਮੇਸ਼ਾ ਕਹਿੰਦੇ ਸੀ ਖਤਰਾ ਲੱਗਦਾ ਸੀ ਵੀ ਕਿਤੇ ਇਹੋ ਜਿਹੀ ਕੋਈ ਗੱਲ ਹੋਵੇ ਮੈਂ ਕੋਈ ਪੰਡਿਤ ਤਾਂ ਨਹੀਂ ਪਰ ਜਦੋਂ ਵੀ ਕੋਈ ਚੰਗੀ ਗੱਲ ਹੋਣ ਲੱਗਦੀ ਆ ਤੁਸੀਂ ਜਿੱਦਣ ਸੀ ਐੱਮ ਬਣੇ ਚੰਨੀ ਸਾਹਿਬ ਤੋਂ ਇੱਕ ਆਰਡਰ ਕਰਵਾ ਤੇ ਦਿਨੇਸ਼ ਬਸੀ ਵਾਲੇ ਅੰਮ੍ਰਿਤਸਰ 'ਚ ਇੱਕ ਛੋਟਾ ਸਿਪਾਹੀ ਤੁਸੀਂ ਜਰਨੈਲ ਨੂੰ ਕਿਸੇ ਨੂੰ ਸਿਪਾਹੀ ਤੋਂ ਜਰਨੈਲ ਤਾਂ ਕੀ ਬਣਾਉਣਾ ਤੁਸੀਂ ਇਹ ਕਾਂਗਰਸ ਸਿਪਾਹੀ ਆ ਜਿਹੜਾ ਛੋਟਾ ਉਹਦੇ ਆਰਡਰ ਕਰਾ ਤੇ ਲਾਉਣ ਦੇ ਜਿਹੜਾ ਬਣਿਆ ਮੈਂ ਨਹੀਂ ਕਹਿੰਦਾ ਉਹਨੂੰ ਹੋਰ ਉਦੋਂ ਵੱਡਾ ਅਹੁਦਾ ਦਿੰਦੇ ਉਹ ਵੀ ਮੇਰੇ ਨਾਲ ਯੂਥ ਕਾਂਗਰਸ ਸੀ ਇਹ ਵੀ ਮੇਰੇ ਨਾਲ ਯੂਥ ਕਾਂਗਰਸ ਪਰ ਜਦੋਂ ਵੀ ਕੋਈ ਚੰਗੀ ਗੱਲ ਹੁੰਦੀ ਆ ਤੁਸੀਂ ਉਹਦੇ ਵਿੱਚ ਭੰਗ ਪਾਉਣ ਦੀ ਕੋਸ਼ਿਸ਼ ਕਰਦੇ ਹੋ ਕੋਸ਼ਿਸ਼ ਵਿਘਨ ਪਾਉਣ ਦੀ ਕੋਸ਼ਿਸ਼ ਕਰਦੇ ਹੋ ਫਿਰ ਵਾਰ ਵਾਰ ਕਿੰਨੀ ਕੁ ਵਾਰ ਇਹ ਲੋਕ ਵੀ ਹੁਣ ਸਮਝ ਗਏ ਸੀ ਆਹ ਸਾਹਿਬ ਬਿੱਟੂ ਸਾਹਿਬ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਭਾਵੇਂ ਕਾਂਗਰਸ ਦੇ ਵਿੱਚ ਹਿੱਸਾ ਬਣ ਗਿਆ ਭਾਵੇਂ ਕਾਂਗਰਸ ਦੇ ਵਿੱਚ ਆਣ ਕੇ ਪ੍ਰਧਾਨ ਵੀ ਬਣ ਗਿਆ ਪਰ ਤਾਰਾਂ ਹੱਲੇ ਵੀ ਬੀਜੇਪੀ ਘੁਮਾ ਰਹੀ ਆਰ ਐੱਸ ਐੱਸ ਘੁਮਾ ਰਹੀ ਹੈ ਕਹਿਣ ਦੀ ਕੋਸ਼ਿਸ਼ ਪਹਿਲੀ ਗੱਲ ਇਹ ਦੂਜੀ ਸ਼ਹਿਨ ਸ਼ਕਤੀ ਕਿਸੇ ਨੂੰ ਸਹਿਣ ਦੀ ਅੱਜ ਪ੍ਰਗਟ ਸਿੰਘ ਨੇ ਉਹ ਵੀ ਮਿਨਿਸਟਰ ਬਣਾਈ ਉਹਨਾਂ ਕੋਲ ਐਜੂਕੇਸ਼ਨ ਮਹਿਕਮਾ ਸਪੋਰਟਸ ਆ ਮੈਂ ਹੁਣ ਆ ਰਿਹਾ ਸੀ ਨਾਲ ਆਪਣੀ ਵਾਈਫ ਨਾਲ ਦਫ਼ਤਰ ਸੰਭਾਲਣ ਆ ਰਹੇ ਸੀ ਅਤੇ ਇਸ ਕਰਕੇ ਡਿਸਪਲਿਨਡ ਜਿਹੜਾ ਇਹ ਬੰਦੇ ਨੂੰ ਰਹਿਣਾ ਚਾਹੀਦਾ ਨਾ ਖੇਡਾਂ 'ਚ ਰਹੇ ਨਾ ਸਿਆਸਤ 'ਚ ਰਹੇ ਉਹ ਪਾਰਟੀ ਦੂਜੀ ਪਾਰਟੀ ਤੀਜੀ ਪਾਰਟੀ ਚੌਥੀ ਪਾਰਟੀ ਮਤਲਬ ਕਹਿਣ ਦਾ ਇਹ ਆ ਵੀ ਕਿਤੇ ਨਾ ਕਿਤੇ
मैं समझदा कहिंदे तां है, मैं उन्हां दे पर्सनल नहीं जाना चाहुंदा वी ओ बड़ा मैडिटेशन करदे आ, पर मैनूं लगदा बहुत होर मैडिटेशन दी लोड़ आ जिहदे नाल ओह सब नूं सह सकण, सब नाल मतलब कहण दा इह आ वी ਇਹ 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 ਜਿਹੜਾ ਇੱਕ ਇੱਕ ਆਪਣਾ ਸਮਾਜ ਹੀ ਕਹਿ ਲਓ, ਇੱਕ ਪਾਰਟੀ ਕਹਿ ਲਓ, ਇਹ ਤਾਂ ਹਰ ਆਪਾਂ ਛੋਟੇ ਹੁੰਦੇ ਸਾਰੇ ਹੀ ਉਹ ਲੀਗੋ ਦੀਆਂ ਡਿਊਟੀਆਂ ਹੁੰਦੀਆਂ ਸੀ, ਉਹ ਜਦੋਂ ਤੁਸੀਂ ਜੋੜਦੇ ਹੋ ਇੱਕ ਇੱਕ ਲੀਗੋ, ਫਿਰ ਉਹ ਜਿਹੜਾ ਇਹ ਘਰ ਵੀ ਬਣਦਾ, ਮਕਾਨ ਵੀ ਬਣਦਾ, ਬਿਲਡਿੰਗ ਵੀ ਬਣਦੀ ਆ, ਉਹ ਇੱਕ ਇੱਕ ਜੋੜਨੀ ਪੈਂਦੀ ਆ। ਅਤੇ ਇਕੱਲਾ ਬੰਦਾ, ਇਕੱਲੀ ਇੱਕ ਇੱਟ, ਇਕੱਲਾ ਇੱਕ ਪੱਥਰ ਘਰ ਨਹੀਂ ਬਣਾ ਸਕਦਾ, ਪਾਰਟੀ ਨਹੀਂ ਬਣਾ ਸਕਦਾ। ਇਸ ਕਰਕੇ ਉਹ ਕਿਤੇ ਨਾ ਕਿਤੇ ਜਿਹੜੀ ਘਬਰਾਹਟ ਹੋ ਜਾਂਦੀ ਹੈ ਵੀ ਇਹ ਅੱਗੇ ਨਿਕਲ ਗਿਆ, ਇਹ ਪਿੱਛੇ ਨਿਕਲ ਗਿਆ, ਮੈਂ ਇਹਨੂੰ ਸਿੱਟ ਲਾਂ, ਇਹਨੂੰ ਮਾਰ ਲਾਂ, ਆਪਣਾ ਕੱਦ ਬੜਾ ਕਰਨਾ ਚਾਹੀਦਾ। ਬਟ ਸਾਹਿਬ, ਇਹ ਮੰਨਦੇ ਹੋ ਕਿ ਸਿੱਧੇ ਤੌਰ 'ਤੇ ਵਜ਼ਾਰਤ ਜਿਹੜੀ ਨਵੀਂ ਬਣੀ ਉਹਦੇ ਵਿੱਚ ਜ਼ੋਰ ਨਹੀਂ ਚੱਲਿਆ, ਤੁਹਾਡੇ ਭਰਾ ਵੀ ਆ ਗਏ ਕੋਟਲੀ ਸਾਹਿਬ ਨਾਲ ਦੀ ਨਾਲ, ਜੇ ਦੂਜੇ ਪਾਸੇ ਅਸੀਂ ਗੱਲ ਕਰ ਲਈਏ ਤਾਂ ਗੁਰਜੀਤ, ਰਾਣਾ ਗੁਰਜੀਤ ਨੂੰ ਲੈ ਕੇ ਕਹਿੰਦੇ ਬਹੁਤ ਚਰਚਾਵਾਂ ਪਹਿਲਾਂ ਵੀ ਵਾਦਾਂ 'ਚ ਰਹੇ, ਉਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਦੁਬਾਰਾ ਜਿਹਨਾਂ ਨੂੰ ਨਹੀਂ ਬਣਾਉਣਾ ਚਾਹੀਦਾ ਸੀ। ਇੱਕ ਮੈਂ ਪਹਿਲਾਂ ਰਾਣਾ ਗੁਰਜੀਤ ਜੀ 'ਤੇ ਆ ਜਾਵਾਂ। ਜਿਹੜਾ ਵੀ ਪੈਸਾ ਉਹਨਾਂ ਨੇ ਦਿੱਤਾ, ਮੈਂ ਕੋਈ ਜੱਜ ਨਹੀਂ ਗਾ, ਜਿਹੜਾ ਵੀ ਲੀਗਲ ਮਾਈਨਿੰਗ ਲਈ ਉਹਨਾਂ ਨੇ ਪੈਸਾ ਦਿੱਤਾ, ਵਾਈਟ ਦਾ ਪੈਸਾ ਦਿੱਤਾ, ਪੈਸਾ ਉਹਨਾਂ ਦਾ ਰਹਿ ਗਿਆ, ਮਹਿਕਮੇ ਸਰਕਾਰ ਨੇ ਪੈਸਾ ਮੋੜਿਆ ਨਹੀਂ, ਜਿੰਨਾ ਵੀ 50 ਕਰੋੜ ਜਾਂ 100 ਕਰੋੜ ਉਹ ਵੀ ਸਰਕਾਰ ਕੋਲ ਪਿਆ, ਅਤੇ ਉਹ ਵਾਈਟ ਦਾ ਪੈਸਾ, ਅਤੇ ਉਹਨਾਂ ਦਾ ਨੁਕਸਾਨ ਹੋਇਆ ਕਿ ਫਾਇਦਾ ਹੋਇਆ। ਦੂਜੀ ਗੱਲ, ਸਭ ਉਹਨਾਂ ਦਾ ਬਹੁਤ ਬੜਾ ਰੋਲ ਸੀ, ਮਿਨਿਸਟਰੀ ਵੀ ਗਵਾ ਲਈ, ਅਤੇ ਉਹਨਾਂ ਦਾ ਨੁਕਸਾਨ ਹੋਇਆ ਕਿ ਕਿਸੇ ਦਾ ਹੋਇਆ, ਅਤੇ ਹਜੇ ਵੀ ਤੁਸੀਂ ਇਹ ਜਿਹੜਾ ਮਤਲਬ ਥੋੜ੍ਹਾ ਜਿਹਾ ਵੀ ਐਂ ਲੱਗਦਾ ਵੀ ਆਪਣੀ ਕੋਈ ਗੱਲ ਕਰ ਸਕਦਾ ਤਕੜੇ ਹੋ ਕੇ, ਥੋੜ੍ਹਾ ਜਿਹਾ ਮਹਿਕਮਿਆਂ 'ਚ ਜਾਂ ਆਪਣੀ ਜਾਨ ਰੱਖਦਾ ਲੋਕਾਂ 'ਚ, ਕਈ ਲੋਕ ਘਬਰਾ ਜਾਂਦੇ ਆ ਛੇਤੀ ਵੀ ਉਹ ਹੋਰ ਅੱਗੇ ਨਾ ਜਾਣ, ਉਹ ਛੋਟੀ ਆਪਣੇ ਆਪ ਦੀ ਜਿਹੜੀ ਸੋਚ ਆ ਨਾ ਉਹ ਕਿਤੇ ਨਾ ਕਿਤੇ ਹਾਵੀ ਹੋ ਜਾਂਦੀ ਆ। ਕਈ ਵਾਰ ਕੁਛ ਲੋਕ ਪਹੁੰਚ ਵੀ ਜਾਂਦੇ ਆ ਪਰ ਉਹਨੂੰ ਡਰ ਰਹਿੰਦਾ ਵੀ ਸਲਿੱਪ ਨਾ ਕਰ ਜੀ। ਉਹ ਤਾਂ ਕਹਿੰਦੇ ਸੀ ਹਮੇਸ਼ਾ ਮੁੱਦਿਆਂ ਦੀ ਰਾਜਨੀਤੀ ਕਰਨੀ ਆ, ਅਸੀਂ ਮੁੱਦਿਆਂ ਦੀ ਗੱਲ ਕਰ ਰਹੇ ਨੇ, ਕਹਿੰਦੇ ਪੰਜਾਬ ਦੇ ਏਜੰਡਿਆਂ ਦੀ ਨਹੀਂ ਗੱਲ ਹੋ ਰਹੀ, ਤੁਸੀਂ ਕਹਿ ਰਹੇ ਹੋ ਕਿ ਕੁਰਸੀ ਦੀ ਲੜਾਈ ਆ, ਫਿਰ ਆਖਿਰਕਾਰ ਆਹ ਸੁੱਖੀ ਰੰਧਾਵਾ ਬਣੇ, ਇਹਨਾਂ ਨੂੰ ਦਿੰਦੇ ਥਾਪੀ ਆ ਕੇ ਬਿਠਾਉਂਦੇ ਕੁਰਸੀ 'ਤੇ, ਜਿੱਦਣੇ ਬੈਠੇ ਵੀ ਚੱਕ ਵੀ ਹੁਣ ਆ ਜਾ ਕਰ ਬਰਗਾੜੀ ਦੇ ਫੈਸਲੇ, ਕਰ ਨਸ਼ੇ ਦੇ ਫੈਸਲੇ, ਪਰ ਉਹ ਤਾਂ ਪਿੱਛੋਂ ਜਿਹੜੀ ਆ ਪੌੜੀ ਖਿੱਚਣ ਲੱਗ ਗਏ। ਇਸ ਕਰਕੇ ਬਹੁਤ ਮੰਦਭਾਗੀ ਗੱਲ ਆ। ਅੱਜ ਦੇਖੋ, ਅੱਜ ਐਸਾ ਗੁਲਦਸਤਾ ਤਿਆਰ ਹੋਇਆ ਪਿਆ, ਪਰ ਇੱਕ ਗੱਲ ਮੈਂ ਹੋਰ ਵੀ ਕਹਿ ਦਿੰਦਾ, ਜਿੱਥੇ 1000 ਫੁੱਲ ਆ ਨਾ ਅੱਜ ਖਿੜਿਆ, ਮਹਿਕਾਂ ਦੇ ਰਿਹਾ, ਜੇ ਇੱਕ ਫੁੱਲ ਖੁਸ਼ਬੂ ਦੇਣੋਂ ਹਟ ਜੂਗਾ ਤਾਂ ਬਾਕੀ ਜਿਹੜੇ 1000 ਫੁੱਲਾਂ ਦੀ ਖੁਸ਼ਬੂ ਆ ਉਹ ਹਟਣੀ ਨਹੀਂ, ਉਹ ਘਟਣੀ ਨਹੀਂ। ਇਹ ਕਾਂਗਰਸ ਪਾਰਟੀ ਇੰਨਾ ਵਧੀਆ ਫੈਸਲਾ ਹਾਈਕਮਾਂਡ ਨੇ ਕੀਤਾ, ਚਰਨਜੀਤ ਚੰਨੀ ਜੀ ਅਤੇ ਕੈਬਨਿਟ ਬਣਾਈ ਆ, ਅੱਗੇ ਵੀ ਹੋਰ ਲੋਕ ਜੁੜਨਗੇ ਨਾਲ, ਇਹਨੂੰ ਰੋਕ ਨਹੀਂ ਸਕਣਾ, ਨਾ ਸਿੱਧੂ ਸਾਹਿਬ ਰੋਕ ਸਕਣਗੇ, ਨਾ BJP ਅਤੇ RSS ਦੀ ਦਿੱਲੀ ਲੀਡਰਸ਼ਿਪ ਜਿਹੜੀ ਧਾਰਾਂ ਜੋੜਦੀਆਂ ਨੇ ਨਾ ਰੋਕ ਸਕੂਗੀ। ਸੋ ਇਸ ਨਾਲ ਰਵਨੀਤ ਬਿੱਟੂ ਸਾਫ਼ ਤੌਰ 'ਤੇ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਦਾ ਫੈਸਲਾ ਕਿਤੇ ਨਾ ਕਿਤੇ ਇਸ ਵੇਲੇ ਜਿਹੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਰੰਗ ਦੇ ਵਿੱਚ ਭੰਗ ਪਾਉਣ ਵਾਲਾ ਹੈਗਾ, ਸਾਫ਼ ਤੌਰ 'ਤੇ ਵੱਡੇ ਇਲਜ਼ਾਮ ਲਗਾਏ ਨੇ, ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰੋ। ਸਹਿਯੋਗੀ ਸੁਖਵਿੰਦਰ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ TV, ਚੰਡੀਗੜ੍ਹ।